ਅੰਮ੍ਰਿਤਸਰ 'ਚ ਮਹਾਕਾਲੀ ਮੰਦਿਰ ਕਮੇਟੀ ਵੱਲੋਂ 931ਵੇਂ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅੱਖਾਂ ਤੇ ਦੰਦਾਂ ਦੇ ਰੋਗਾਂ ਦੇ ਮਾਹਰਾਂ ਨੇ 197 ਮਰੀਜ਼ਾਂ ਦੀ ਜਾਂਚ ਕੀਤੀ ਤੇ 99 ਮਰੀਜ਼ਾਂ ਨੂੰ ਐਨਕਾਂ ਵੀ ਵੰਡੀਆਂ। ਬੜੀ ਅੱਛੀ ਗੱਲ ਹੈ ਜੀ, ਇਹ ਮਾਨਤਾ ਦੀ ਬੜੀ ਵੱਡੀ ਸੇਵਾ ਹੈ ਤੇ ਖੁਦ ਪਰਸਨਲੀ ਪ੍ਰੈਕਟੀਕਲੀ ਕਰ ਰਹੇ ਨੇ ਔਰ ਇਹ ਦੇਖਿਆ ਜਾ ਸਕਦਾ ਕਿ ਇਹਨਾਂ ਨੇ ਅੱਜ ਤੱਕ 1.5-2 ਲੱਖ ਆਪਰੇਸ਼ਨ ਜਾਂ ਸਪੈਕਸ ਐਨਕਾਂ ਵੰਡੀਆਂ ਨੇ ਗਰੀਬ ਬੱਚਿਆਂ ਨੂੰ ਔਰ ਬਹੁਤ ਕੇਸਾਂ ਦੇ ਵਿੱਚ ਜਿਹੜੇ ਗਰੀਬ ਬੱਚੇ ਆਪਣੇ ਆਪ ਨਹੀਂ ਐਨਕਾਂ ਲਵਾ ਸਕਦੇ, ਟਾਈਮ ਪਾ ਕੇ ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ ਅਤੇ ਮੈਂ ਸਮਝਦਾ ਕਿ ਐਡਾ ਵੱਡਾ ਉਪਰਾਲਾ ਸ਼ਾਇਦ ਹੀ ਅੰਮ੍ਰਿਤਸਰ 'ਚ ਇੰਨੀ ਗਿਣਤੀ 'ਚ ਕਿਸੇ ਨੇ ਕੰਮ ਕੀਤਾ ਹੋਵੇ ਔਰ ਬੜੀ ਵੱਡੀ ਮਾਨਤ ਸੇਵਾ। ਅਸੀਂ ਤਾਂ ਅਰਦਾਸ ਕਰਾਂਗੇ ਮਾਤਾ ਕਾਲੀ ਦੇ ਪਰਮਾਤਮਾ ਕੋਲ ਅਤੇ ਇਹਨਾਂ ਨੂੰ ਹੋਰ ਤਾਕਤ, ਰਿਤੇਸ਼ ਜੀ ਨੂੰ ਹੋਰ ਤਾਕਤ ਬਖਸ਼ਣ ਅਤੇ ਇਹਨਾਂ ਦੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਇੱਦਾਂ ਦੀ ਮਾਨਤਾ ਦੀ ਸੇਵਾ ਇਹ ਕਰੀ ਜਾਣ। ਸਾਡੀਆਂ ਗੁੱਡ ਵਿਸ਼ਿਜ਼ ਹਮੇਸ਼ਾ, ਇਹ ਕੋਆਪਰੇਸ਼ਨ ਹਮੇਸ਼ਾ ਇਹਨਾਂ ਦੇ ਨਾਲ ਹੈ। ਇਹਨਾਂ ਮੈਨੂੰ ਇਸ ਨੇਕ ਕੰਮ 'ਚ ਯਾਦ ਕੀਤਾ, ਮੈਂ ਇਹਨਾਂ ਦਾ ਸ਼ੁਕਰੀਆ ਵੀ ਕਰਦਾ।